ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਡਿਸਕਸ਼ਨ ਕਰਾਂਗੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦੇ 'ਤੇ, ਜੋ ਕਿ ਹੈ ਆਸਟ੍ਰੇਲੀਆ ਵੀਜ਼ਾ ਦੇ ਰਿਗਾਰਡਿੰਗ। ਆਸਟ੍ਰੇਲੀਆ ਸਟੂਡੈਂਟ 'ਤੇ ਕਾਫੀ ਡਿਸਕਸ਼ਨ ਹੁੰਦੀ ਹੈ, ਆਲਰੇਡੀ ਇਨਫੋਰਮੇਸ਼ਨ ਸੈਕਸ਼ਨ ਕਾਫੀ ਦੇ ਚੁੱਕਾ, ਬਟ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਕਿੱਦਾਂ TR ਮਿਲਦੀ ਹੈ, ਕਿੱਦਾਂ ਵਰਕ ਪਰਮਿਟ ਮਿਲਦਾ ਔਰ ਕਿੱਦਾਂ ਸਟੂਡੈਂਟਸ PR ਲੈ ਸਕਦੇ ਆ। ਜੇ ਜਰਨੀ ਦੀ ਗੱਲ ਕਰਦੇ ਹਾਂ, ਸਟੂਡੈਂਟ ਵੀਜ਼ਾ ਜਰਨੀ ਜਿਹੜੀ ਸਟਾਰਟ ਹੁੰਦੀ ਹੈ ਸਟੂਡੈਂਟ ਦੀ ਐਜੂਕੇਸ਼ਨ ਤੋਂ, ਕੀ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਹੈ, ਰਿਲੇਟੇਬਲ ਤੁਸੀਂ ਪ੍ਰੋਗਰਾਮ ਲੈ ਕੇ ਜਾਂਦੇ ਹੋ, ਲੈਂਗੁਏਜ ਪ੍ਰੋਫੀਸੈਂਸੀ ਟੈਸਟ ਦਿੰਦੇ ਹੋ, ਦੈਨ ਉਹਦੇ ਨਾਲ ਤੁਸੀਂ ਆਪਣਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ। ਬਟ ਇਨ ਦੀ ਐਂਡ ਅਗਰ ਗੱਲ ਕਰਾਂਗੇ ਕਿ ਕਾਫੀ ਏਜੰਟਸ ਹੈ, ਕੰਸਲਟੈਂਟਸ ਹੈ ਜਿਹੜੇ ਇਹ ਸੈਕਸ਼ਨ ਤੁਹਾਨੂੰ ਦਿੰਦੇ ਆ, ਕੁਸ਼ਚਨ ਆਨਸਰ ਕਰਦੇ ਆ, ਬਟ ਮੀਨਵਾਈਲ ਇਨ ਦੀ ਐਂਡ ਕੀ ਹੋਊਗਾ, ਸਟੂਡੈਂਟ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ, ਮੋਸਟਲੀ ਕੰਸਲਟੈਂਟ ਹੈ ਕਿ ਤੇਰਾ ਵੀਜ਼ਾ ਗ੍ਰਾਂਟ ਹੋ ਗਿਆ, ਸਾਡਾ ਕੰਮ ਇੱਥੇ ਖਤਮ ਹੈ। ਅੱਗੇ ਜਾ ਕੇ ਸਟੂਡੈਂਟਸ ਨੂੰ ਕਿੱਦਾਂ ਸਰਵਿਸਿਜ਼ ਮਿਲਣੀ ਹੈ, ਕਿੱਦਾਂ ਉਹ ਚੀਜ਼ ਪ੍ਰੋਵਾਈਡ ਹੁੰਦੀ ਹੈ, ਓਮ ਗਲੋਬਲ ਤਾਂ DSTs ਵਿੱਚ ਹੈਲਪ ਕਰਦਾ, ਓਮ ਗਲੋਬਲ ਦਾ ਆਸਟ੍ਰੇਲੀਆ ਦੇ ਵਿੱਚ ਵੀ ਆਫਿਸ ਹੈ, ਆਸਟ੍ਰੇਲੀਆ 'ਚ ਪ੍ਰੈਜੈਂਸ ਹੈ ਜੀ, ਮਹਾਰਾਜ ਨੇ ਥਰੂ ਤੁਹਾਡੀ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਦੇ ਹਾਂ। ਅੱਜ ਗੱਲ ਕਰਾਂਗੇ ਆਪਾਂ ਹੌਟ ਟੌਪਿਕ TRC ਵਰਕ ਪਰਮਿਟ ਔਰ PR ਦੀ। ਫਸਟ ਆਫ ਆਲ ਅਗਰ ਆਪਾਂ ਰਿਕੁਆਇਰਮੈਂਟਸ ਦੀ ਗੱਲ ਕਰਦੇ ਹਾਂ ਕਿ ਤੁਹਾਡੀ ਐਜੂਕੇਸ਼ਨ ਹੈ ਮਿਨੀਮਮ 2 ਸਾਲ ਦੀ ਕੰਪਲੀਟ ਹੋਣੀ ਚਾਹੀਦੀ ਹੈ। ਫੋਰ ਐਨ ਐਗਜ਼ਾਮਪਲ, ਕਿਸੇ ਸਟੂਡੈਂਟ ਨੇ ਅਪਲਾਈ ਕੀਤਾ, ਡਿਪਲੋਮਾ ਔਨ ਬਿਜ਼ਨਸ ਦੇ ਵਿੱਚ ਉਹਦਾ ਵੀਜ਼ਾ ਗ੍ਰਾਂਟ ਹੋਇਆ, ਉਸ ਤੋਂ ਬਾਅਦ ਜਾ ਕੇ ਸਟੂਡੈਂਟ ਸਟੱਡੀ ਨੂੰ ਚੇਂਜ ਕਰ ਲੈਂਦਾ ਹੈ। ਫੋਰ ਐਗਜ਼ਾਮਪਲ ਬਿਜ਼ਨਸ ਡਿਪਲੋਮਾ ਗ੍ਰਾਂਟ ਹੋਇਆ, ਦੈਨ ਸਰਟੀਫਿਕੇਟ 3 ਇਨ ਕਮਰਸ਼ੀਅਲ ਕੁੱਕਰੀ ਲੈ ਕੇ ਜਾਂਦਾ, ਉਸ ਤਰੀਕੇ ਦੀ ਐਪਲੀਕੇਸ਼ਨਸ ਦੇ ਵਿੱਚ ਵਰਕ ਪਰਮਿਟ ਨਹੀਂ ਮਿਲਦਾ, TRC ਦੇ ਲਈ ਬਹੁਤ ਜ਼ਿਆਦਾ ਡਿਫੀਕਲਟ ਹੋ ਜਾਂਦੀ ਹੈ। ਫੋਰ ਐਨ ਐਗਜ਼ਾਮਪਲ ਅਗਰ ਆਪਾਂ ਸੈਕਿੰਡ ਅਲਟਰਨੇਟ ਐਂਡ 'ਤੇ ਲੈ ਕੇ ਜਾਂਦੇ ਹਾਂ, ਕਿਸੇ ਸਟੂਡੈਂਟ ਦਾ ਵੀਜ਼ਾ ਗ੍ਰਾਂਟ ਹੁੰਦਾ ਡਿਪਲੋਮਾ ਅਗਰ ਕਰਨ ਤੋਂ ਪਹਿਲਾਂ, ਸਰਟੀਫਿਕੇਟ 3 ਜਾਂ ਸਰਟੀਫਿਕੇਟ 4 ਕਮਰਸ਼ੀਅਲ ਕੁੱਕਰੀ ਦੇ ਵਿੱਚ ਐਪਲੀਕੇਸ਼ਨ ਗ੍ਰਾਂਟ ਹੋਈ ਉਹਦੀ, ਦੈਨ ਡਿਪਲੋਮਾ ਇਨ ਹੋਸਪਿਟਲ ਦੀ ਮੈਨੇਜਮੈਂਟ ਦੇ ਵਿੱਚ ਪੜ੍ਹਦਾ, ਉਹ 2 ਸਾਲ ਦੀ ਐਜੂਕੇਸ਼ਨ ਦੇ ਵਿੱਚ ਐਲੀਜੀਬਲ ਸਟੂਡੈਂਟ ਹੋ ਜਾਂਦਾ ਕਿ ਦੈਨ TRC ਔਰ ਵਰਕ ਪਰਮਿਟ ਅਪਲਾਈ ਕਰ ਸਕਦਾ। ਸੈਕਿੰਡ ਥਿੰਗ ਜਿਹੜਾ ਹੈਗਾ, ਵੀਜ਼ਾ ਗ੍ਰਾਂਟ ਹੋ ਗਿਆ, ਸਟੱਡੀ ਤੁਹਾਡੀ 2 ਸਾਲ ਦੀ ਕੰਪਲੀਟ ਹੋ ਜਾਂਦੀ ਹੈ, ਜਦੋਂ 6 ਓਵਰਆਲ ਨੋਟ ਲੈਸ ਦੈਨ 5 ਈਚ ਸਕੋਰ ਜਿਹੜੇ ਬੈਂਡਸ ਤੁਹਾਡੇ ਰਿਕੁਆਇਰਮੈਂਟ ਰਹਿ ਜਾਂਦੇ ਆ, ਦੈਨ ਪੁਲਿਸ ਕਲੀਅਰੈਂਸ ਜਿਹਨੂੰ ਆਪਾਂ ਕਹੀਏ, ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਜਿਹੜਾ ਰਿਕੁਆਇਰਮੈਂਟ ਹੈਗੀ ਹੈ ਤੁਹਾਡੇ 'ਤੇ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਬੇਸਿਕ ਬਹੁਤ ਜ਼ਰੂਰੀ ਰਿਕੁਆਇਰਮੈਂਟ ਹੈਗੀ ਹੈ। ਚੌਥੀ ਚੀਜ਼ ਵੀ ਅਗਰ ਮੈਂ ਗੱਲ ਕਰਦਾ ਇਸ ਚੀਜ਼ ਨੂੰ ਲੈ ਕੇ ਕਿ ਲਾਸਟ 2 ਸਾਲ ਜਿਹੜੀ ਤੁਹਾਡੀ ਐਜੂਕੇਸ਼ਨ ਹੈ ਉਸ ਤੋਂ ਬਾਅਦ ਤੁਹਾਨੂੰ 6 ਮਹੀਨੇ ਤੋਂ ਵੱਧ ਤੁਹਾਡਾ ਗੈਪ ਨਹੀਂ ਹੋਣਾ ਚਾਹੀਦਾ, ਲਾਈਕ 6 ਮਹੀਨਿਆਂ ਦੇ ਇਨ ਬਿਟਵੀਨ ਤੁਸੀਂ ਜਿਹੜੀ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਹੈ। ਔਰ 5th ਜਿਹੜਾ ਹੈਗਾ, ਵੈਲਿਡ ਓਵਰਸੀਜ਼ ਵਿਜ਼ਟਰ ਹੈਲਥ ਕਵਰ ਚਾਹੀਦਾ। ਫੋਰ ਐਗਜ਼ਾਮਪਲ, ਕਿਸੇ ਸਟੂਡੈਂਟ ਨੇ ਆਪਣਾ ਵੀਜ਼ਾ ਅਪਲਾਈ ਕੀਤਾ, ਚਾਹੇ ਉਹ ਡਿਪਲੋਮਾ ਦੇ ਵਿੱਚ ਹੈ, ਚਾਹੇ ਉਹ ਬੈਚਲਰਸ ਦੇ ਵਿੱਚ ਹੈ, ਉਸ ਤੋਂ ਬਾਅਦ ਮੀਨਵਾਈਲ ਜਦੋਂ ਸਟਾਰਟ ਐਪਲੀਕੇਸ਼ਨ ਤੁਸੀਂ ਕਰਦੇ ਹੋ, ਆਪਣਾ ਹੈਲਥ ਕਵਰ ਕਰਦੇ ਹੋ, ਉਹ ਹੈਲਥ ਕਵਰ ਜਿਹੜਾ ਤੁਹਾਡੀ ਸਟੱਡੀ ਦੇ ਨਾਲ ਕੰਪਲੀਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਵਿਜ਼ਟਰ ਹੈਲਥ ਕਵਰ ਲੈਣਾ ਹੁੰਦਾ, ਉਹ ਵਿਜ਼ਟਰ ਹੈਲਥ ਕਵਰ ਦੇ ਨਾਲ ਹੀ ਤੁਸੀਂ ਐਲੀਜੀਬਲ ਹੁੰਦੇ ਆ ਆਪਣੇ 4-8-5 ਵਰਕ ਦੇ ਲਈ ਅਪਲਾਈ ਕਰ ਸਕਦੇ ਹੋ। ਮੇਜਰਲੀ ਐਡਵਾਂਟੇਜ ਇਹ ਹੈ ਕਿ 2 ਤੋਂ 3 ਸਾਲ ਦਾ ਮਿਲਦਾ, ਆਲਮੋਸਟ ਹਰ ਇੱਕ ਐਪਲੀਕੈਂਟ ਨੂੰ ਮਿਲਦਾ, ਬਸ ਇਹ 5 ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਐਪਲੀਕੈਂਟਸ ਦੇ ਵਿੱਚ, ਮੋਸਟਲੀ ਜਦੋਂ ਆਪਾਂ ਸਟੂਡੈਂਟ ਵੀਜ਼ਾ ਵੀ ਅਪਲਾਈ ਕਰਦੇ ਹਾਂ, GT ਕ੍ਰਾਈਟੀਰੀਆ ਬਹੁਤ ਜ਼ਿਆਦਾ ਹਾਈ ਰਹਿ ਜਾਂਦਾ, ਬਹੁਤ ਜ਼ਿਆਦਾ ਕ੍ਰੋਸ ਚੈੱਕ ਹੁੰਦਾ, ਬਟ ਅਗਰ ਆਪਾਂ 4-8-5 ਕੈਟੇਗਰੀ ਦੀ ਗੱਲ ਕਰਦੇ ਹਾਂ, ਅਗਰ ਇਹ 5 ਚੀਜ਼ਾਂ ਤੁਹਾਡੀਆਂ ਕਲੀਅਰ ਹੈ ਤਾਂ ਬਹੁਤ ਜ਼ਿਆਦਾ GT ਰਿਕੁਆਇਰਮੈਂਟ ਨਹੀਂ ਰਹਿ ਜਾਂਦੀ, ਇਹਦੇ ਵਿੱਚ ਆਲਮੋਸਟ ਤੁਹਾਡਾ ਗ੍ਰਾਂਟ ਹੁੰਦਾ ਹੀ ਹੁੰਦਾ। ਇਹ ਹੈ ਜੀ 4-8-5 ਕੈਟੇਗਰੀ ਜਿਹਨੂੰ ਆਪਾਂ ਕਹੀਏ ਕਿ ਵਰਕ ਪਰਮਿਟ ਸਟੂਡੈਂਟ ਨੂੰ ਕਿੱਦਾਂ ਮਿਲਦਾ, ਇਸ ਤਰੀਕੇ ਦੇ ਨਾਲ ਸਟੂਡੈਂਟ ਜਿਹੜੇ ਆ ਇੰਟਰਨੈਸ਼ਨਲੀ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਜਾਂ 4-9-1 ਕੈਟੇਗਰੀ ਜਿਹਦੇ ਕਹੀਏ ਕਿ ਰੀਜਨਲ ਏਰੀਆ ਦੇ ਵਿੱਚ ਤੁਹਾਨੂੰ ਕੋਈ ਸਟੇਟ ਇਨਵੀਟੇਸ਼ਨ ਮਿਲਦਾ ਪਿਆ, ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਹੋ, ਜਾਂ ਰੀਜਨਲ ਏਰੀਆ ਦੇ ਵਿੱਚ ਤੁਹਾਡਾ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਹੈਗਾ, ਉਹ ਤੁਹਾਨੂੰ ਸਪੋਂਸਰਿੰਗ ਕਰਦਾ, ਉਸ ਤਰੀਕੇ ਦੇ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਕਰ ਸਕਦੇ ਹੋ, ਦੈਨ ਤੁਹਾਨੂੰ ਚੰਗੇ ਪੁਆਇੰਟਸ ਉਹਦੇ ਵਿੱਚ ਮਿਲ ਜਾਂਦੇ ਆ। ਇਸ ਤਰੀਕਿਆਂ ਦੇ ਨਾਲ, ਇਸ ਪ੍ਰੋਸੈਸ ਦੇ ਅਕੋਰਡਿੰਗ ਅਗਰ ਆਪਾਂ ਚੱਲਦੇ ਹਾਂ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ PR ਲੈ ਸਕਦੇ ਹੋ। ਆਸਟ੍ਰੇਲੀਆ ਕਾਫੀ ਇੰਟਰਨੈਸ਼ਨਲ ਐਪਲੀਕੈਂਟਸ ਨੂੰ ਲੈ ਕੇ ਵਧੀਆ ਰਿਹਾ, ਸਟੂਡੈਂਟ ਵੀਜ਼ਾ ਵੀ ਚੰਗੇ ਗ੍ਰਾਂਟ ਹੁੰਦੇ ਆ, ਚੰਗੇ ਵਰਕਿੰਗ ਰਾਈਟ ਕੰਪੈਰੇਟਿਵਲੀ ਅਰਾਊਂਡ ਦੀ ਗਲੋਬ ਅਗਰ ਗੱਲ ਕਰਾਂ, ਇਕੱਲਾ ਆਸਟ੍ਰੇਲੀਆ ਹੀ ਇੱਦਾਂ ਦੀ ਕੰਟਰੀ ਹੈ ਜਿਹੜੇ ਕੈਪਿੰਗ ਨਹੀਂ ਹੈਗੀ, 40 hours ਜਿਹੜੇ ਆ ਵਰਕਿੰਗ ਰਾਈਟ ਆਸਟ੍ਰੇਲੀਆ ਹੀ ਦੇ ਰਿਹਾ, PR ਦੇ ਵਿੱਚ ਵੀ ਕਾਫੀ ਲੀਨੀਅੰਟ ਹੈ। ਬਟ ਗੱਲ ਹੈ ਕਿ ਸਮਝਣ ਦੀ ਲੋੜ ਆ ਸਾਨੂੰ, ਇਸ ਚੀਜ਼ ਦੇ ਉੱਤੇ ਤੁਸੀਂ ਰਿਸਰਚ ਕਰ ਸਕਦੇ ਹੋ, ਏਜੰਟਸ ਦੀ ਗੱਲਾਂ 'ਚ ਨਾ ਆਓ, ਏਜੰਟਸ ਦੇ ਲਾਰਿਆਂ 'ਚ ਨਾ ਆਓ, ਅਤੇ ਝੂਠੇ ਦਾਅਵਿਆਂ ਦੇ ਵਿੱਚ ਨਾ ਆਓ, ਗਵਰਨਮੈਂਟ ਸਾਈਟਸ 'ਤੇ ਤੁਸੀਂ ਚੈੱਕ ਕਰ ਸਕਦੇ ਹੋ, ਜਾਂ ਉਸ ਚੀਜ਼ ਦੇ ਵਿੱਚ ਤੁਸੀਂ ਕਿਸੇ ਚੰਗੇ ਕੰਸਲਟੈਂਟ ਨੂੰ ਮਿਲ ਕੇ ਇਸ ਚੀਜ਼ ਦਾ ਜਵਾਬ ਲੈ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਸਵਾਲਾਂ ਦਾ ਜਵਾਬ ਕਾਫੀ ਹੱਦ ਤੱਕ ਵੀਡੀਓ ਤੁਹਾਨੂੰ ਬੈਨੀਫਿਸ਼ੀਅਲ ਰਹੀ ਹੈ, ਤੁਹਾਡੇ ਕਾਫੀ ਸਵਾਲਾਂ ਦੇ ਤੁਹਾਨੂੰ ਜਵਾਬ ਮਿਲੇ ਹੈ। ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਔਰ PR ਪ੍ਰੋਸੈਸ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਐਕਸਪਰਟ ਟੀਮ ਨੂੰ ਮਿਲ ਸਕਦੇ ਹੋ, ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਅੱਜ ਦੇ ਲਈ ਧੰਨਵਾਦ।